इंजीनियर सुखदेव सिंह धालीवाल। मेरे प्रधान साहब साथी ते इत्थे दी संस्था दे सारे मैंबर ते प्यारे बच्चे, वाहिगुरु जी का खालसा वाहिगुरु जी की फतेह। थोड़ा जिहा इन्ना गल बच्चो मैं आप जी नूं दसण चाहुंदा। मैं एक पेंडू जिहा बंदा ते पंजाबी च मैं गल करनी है ते थोड़ा समझण दा यतन करियो। साडी संस्था वालों वख वख स्कूलां कालजां दे विच इस तरह के मनुखी अधिकार बारे सैमीनार लाए जाते हैं। जे मेरे सामने बैठे हुए इस कॉलेज के बहुत ही होनहार बच्चे, स्टाफ मैंबर साहबान, मेरी संस्था के अहदेदार डॉक्टर गुरजीत सिंह जी, साडे जनरल प्रधान, सब तो पहला मैं मुबारकबाद दिना तुहानू सारयां नूं। अज 70वां इंटरनेशनल मैरिट डे असीं मना रहे हैं गुरदासपुर की धरती उत्ते। 10 दिसंबर मनाया जाता है। 10 दिसंबर असीं ये प्रोग्राम बटाले विखे कीता सी ते इस करके तुहाडा प्रोग्राम जिहड़ा थोड़ा जिहा लेट हो रहा है, उहदे वास्ते माफ़ी चाहवांगे। एंड ह्यूमन राइट्स prominently we wanted to discuss this, that's why I've come here. There are a few things in law and in constitution that we are not aware of. We are never aware of some of the things we are blessed with. We are ਇਹ ਜਿਹੜੇ ਅਧਿਕਾਰ ਹਨ ਸਾਡੇ ਵੱਖ-ਵੱਖ ਵਿਸ਼ਿਆਂ ਤੇ ਹਨ। ਜੇ ਇਹ ਆਖੀਏ ਤੇ ਥੋੜੀ ਜਿਹੀ ਚੰਦ ਮਿੰਟਾਂ ਦੇ ਵਿੱਚ, ਘੰਟਿਆਂ ਦੇ ਵਿੱਚ ਅਸੀਂ ਕੋਈ ਵਰਣਨ ਕਰ ਸਕੀਏ ਨਾ ਜੀ, ਫਿਰ ਵੀ ਅਸੀਂ ਯਤਨ ਕਰਾਂਗੇ। ਸਾਡੇ ਪ੍ਰਧਾਨ ਸਾਹਿਬ ਜੀ ਬੈਠੇ ਆ ਕਿ ਅੱਜ ਜੋ ਸੰਸਾਰ ਦੇ ਵਿੱਚ ਇਹ ਮਿਥਿਆ ਜਾਂਦਾ ਹੈ ਕਿ ਡਿਕਟੇਟਰਸ਼ਿਪ ਤਾਨਾਸ਼ਾਹ ਮਨੁੱਖੀ ਅਧਿਕਾਰਾਂ ਦਾ ਬੜਾ ਘਾਮ ਹੁੰਦਾ ਹੈ, ਬਹੁਤ ਜ਼ਿਆਦੀਆਂ ਹੁੰਦੀਆਂ, ਧੱਕਾ ਹੁੰਦਾ ਹੈ। ਪਰ ਸਾਡਾ ਦੇਸ਼ ਜੋ ਹੈ, ਸਭ ਜਿਹੜੇ ਆ ਆਪ ਸਾਰੇ ਬੱਚੇ ਸਿਆਣੇ ਹੋ, ਪੜ੍ਹੇ ਲਿਖੇ ਹੋ, ਲੇਕਿਨ ਚੁਣੇ ਹੋਏ ਦੇ ਨੁਮਾਇੰਦਾ, ਚੁਣੀਆਂ ਹੋਈਆਂ ਪਾਰਟੀਆਂ, ਚੁਣੀਆਂ ਹੋਈਆਂ ਸਰਕਾਰਾਂ, ਤੁਹਾਨੂੰ ਬੜੀਆਂ ਆਸਾਂ ਹੁੰਦੀਆਂ ਹੈ ਕਿ ਸਾਡੇ ਜਿਹਨੂੰ ਕਹਿੰਦੇ ਆ ਕੁੱਲੀ ਗੁੱਲੀ ਅਤੇ ਜੁੱਲੀ, ਤਿੰਨ ਚੀਜ਼ਾਂ ਜੀਣ ਵਾਸਤੇ ਇਨਸਾਨ ਨੂੰ ਚਾਹੀਦੀਆਂ, ਉਹਦਾ ਸਾਡੇ ਅਧਿਕਾਰਾਂ ਵਾਸਤੇ ਸਰਕਾਰ ਜਿਹੜੀ ਆ ਉਹ ਕੁਛ ਕਰੂਗੀ, ਪਾਰਟੀ ਕਰੂਗੀ। ਹਾਂਜੀ ਸਰ, ਅੱਜ ਗੁਰਦਾਸਪੁਰ ਵਿੱਚ ਹਿਊਮਨ ਰਾਈਟਸ ਦਾ ਜੋ ਪ੍ਰੋਗਰਾਮ ਹੈ ਉਹਦਾ ਕੰਸੈਪਟ ਦੱਸੋਗੇ ਕੀ ਪ੍ਰੋਗਰਾਮ ਸੀ ਅੱਜ? ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਜੀ, ਉਹ ਅਸੀਂ 70ਵੇਂ ਇੰਟਰਨੈਸ਼ਨਲ ਹਿਊਮਨ ਰਾਈਟ ਡੇ ਨੂੰ ਮਨਾਉਣ ਦੇ ਬਾਰੇ 'ਚ ਕੀਤਾ ਹੈ, ਤਾਂ ਕਿ ਲੋਕਾਂ ਨੂੰ, ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਹਿੰਦੁਸਤਾਨ ਦੇ ਲੋਕਾਂ ਨੂੰ ਅਤੇ ਪੂਰੀ ਦੁਨੀਆ ਦੇ ਲੋਕਾਂ ਨੂੰ ਇਹ ਗੱਲ ਦੱਸੀ ਜਾਵੇ ਕਿ ਹਰ ਮਨੁੱਖ ਜਿਹੜਾ ਧਰਤੀ ਦੇ ਉੱਤੇ ਆਇਆ ਉਹਦੇ ਆਪਣੇ ਜਿਹੜੇ ਨੇ ਉਹ ਰਾਈਟਸ ਨੇ, ਉਹਨਾਂ ਰਾਈਟਸ ਦੇ ਬਾਰੇ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅੱਜ ਇੱਥੇ। ਅਤੇ ਹਿਊਮਨ ਰਾਈਟਸ ਜਿਸ ਤਰ੍ਹਾਂ ਕਈ ਅੱਜ ਕੱਲ੍ਹ ਡੋਮੈਸਟਿਕ ਵਾਇਰਲ ਜਾਂ ਹੋਰ ਵੀ ਕੁਝ ਕੇਸਿਸ ਹੋ ਰਹੇ ਆ, ਉਹਨਾਂ ਬਾਰੇ ਥੋੜ੍ਹੀ ਜਾਣਕਾਰੀ ਕੁਛ? ਹਾਂ ਬਿਲਕੁਲ, ਡੈਫੀਨੇਟਲੀ ਜੀ, ਦੇਖੋ ਜਿਹੜੇ ਵੀ ਇਹੋ ਜਿਹੇ ਕੇਸਿਸ ਹੋ ਰਹੇ ਨੇ, ਹਾਲਾਂਕਿ ਸਰਕਾਰ ਨੇ ਅੱਜ ਕੱਲ੍ਹ ਲੇਡੀਜ਼ ਵਾਸਤੇ ਵੀ ਥਾਣੇ ਵੱਖਰੇ ਖੋਲ੍ਹੇ ਹੋਏ ਨੇ, ਉਹਨਾਂ ਵਿੱਚ ਕੁਛ ਆਪਣੀਆਂ ਐਮੀਕੇਬਲ ਸੈਟਲਮੈਂਟ ਵਾਸਤੇ ਵੀ ਬਣਾਈਆਂ ਯੋਜਨਾਵਾਂ ਬਣਾਈਆਂ ਹੋਈਆਂ ਨੇ। ਈਵਨ ਦੈਨ ਜਿਹੜਾ ਕੁਛ ਜਿਹੜੇ ਇਹੋ ਜਿਹੇ ਕੇਸਿਸ ਹੁੰਦੇ ਆ ਉਹ ਸਾਡੇ ਕੋਲ ਹੀ ਆਉਂਦੇ ਨੇ, ਅਸੀਂ ਵੀ ਹੈਂਡਲ ਕਰਦੇ ਹਾਂ, ਅਸੀਂ ਦੋਨਾਂ ਪਾਰਟੀਆਂ ਨੂੰ ਸਮਝਾ ਕੇ ਭਜਾ ਕੇ ਇੱਕ, ਤਾਂ ਕਿ ਉਹਨਾਂ ਦਾ ਖਰਚਾ ਨਾ ਹੋਵੇ, ਉਹਨੂੰ ਕੋਰਟਾਂ ਕਚਹਿਰੀਆਂ 'ਚ ਖਰਾਬ ਨਾ ਹੋਣਾ ਪਏ, ਉਹਨਾਂ ਦਾ ਵੱਧ ਸਮਾਂ ਨਾ ਲੱਗੇ, ਉਹਨਾਂ ਸਾਰੀਆਂ ਗੱਲਾਂ ਧਿਆਨ ਰੱਖ ਕੇ ਅਸੀਂ ਆਪਣੀ ਕੋਸ਼ਿਸ਼ ਕਰਦੇ ਹਾਂ, ਲੋਕਾਂ ਨੂੰ ਜਾਗਰੂਕ ਕਰਾਉਂਦੇ ਹਾਂ ਅਤੇ ਲੋਕਾਂ ਨੂੰ ਸਮਝਾਉਂਦੇ ਹਾਂ ਅਤੇ ਲੋਕਾਂ ਦੇ ਪੈਸੇ ਨਹੀਂ ਕਰਦੇ। ਜੀ ਮੈਮ, ਆਪਣਾ ਨਾਮ? ਦ੍ਰਿਸ਼ਟੀ। ਡੈਜੀਗਨੇਸ਼ਨ ਆਪਣਾ? ਮੈਂ ਸਟੂਡੈਂਟ ਹੋਈ ਹਾਂ ਇੱਥੇ ਗੁਰਦਾਸਪੁਰ ਮੇਂ। ਔਰ ਅੱਜ ਅਸੀਂ ਹਿਊਮਨ ਰਾਈਟਸ ਕਾ ਪ੍ਰੋਗਰਾਮ ਜੋ ਚੱਲ ਰਿਹਾ ਹੈ ਕਨਸੈਪਟ ਦਾ ਗੁਰਦਾਸਪੁਰ ਮੇਂ, ਆਪ ਬਤਾਏਂਗੇ ਇਸਮੇਂ ਬਾਰੇ ਤੋਂ ਕਿਆ ਇਸਕਾ ਜੋ ਮੇਨ ਸਬਜੈਕਟ ਥਾ? ਆਜ ਹਮੇਂ ਬਤਾਇਆ ਗਿਆ ਕਿ ਲੜਕੀਓਂ ਕੀ ਸਪੈਸ਼ਲੀ ਰਾਈਟਸ ਕਿਆ ਹੋਤਾ ਹੈ, ਔਰ ਜੋ ਹਮੇਂ ਕਈ ਚੀਜ਼ ਐਸੀ ਪਤਾ ਹੀ ਨਹੀਂ ਥੀ ਜਿਨਕੇ ਬਾਰੇ ਮੇਂ ਹਮੇਂ ਅਵੇਅਰ ਕਰਾਇਆ ਗਿਆ, ਔਰ ਇਨਸਾਨੋਂ ਕੇ ਮਤਲਬ ਹਿਊਮਨ ਰਾਈਟਸ ਕੇ ਜਨਰਲੀ ਕਿਆ ਵਿਊਜ਼ ਹੋਤੇ ਔਰ ਕਿਆ ਕਿਆ ਇੱਕ ਹਿਊਮਨ ਰਾਈਟਸ ਹੋਤੇ ਹੈ, ਹਮੇਂ ਉਸਕੇ ਬਾਅਦ ਜਨਰਲੀ ਇੱਕ ਬ੍ਰੀਫਿੰਗ ਦੀ ਗਈ, ਔਰ ਜੋ ਕਿ ਬਹੁਤ ਹੀ ਫਾਇਦੇਮੰਦ ਹੈ ਹਮ ਸਭਕੇ ਲਈ। ਆਈ ਹੋਪ ਸਭ ਇਸਕੋ ਆਪਣੇ ਆਪਣੀ ਲਾਈਫ ਮੇਂ ਯੂਜ਼ ਕਰੇ, ਆਪਣੇ ਆਪਣੇ ਜ਼ਿੰਦਗੀ ਮੇਂ ਇਸਕਾ ਯੂਜ਼ ਕਰੇ। ਔਰ ਕੁਛ ਡਿਮਾਂਡ ਕਰਨਾ ਚਾਹਤੇ ਹੈ ਕਿ ਜੈਸੇ ਮਨੁੱਖੀ ਅਧਿਕਾਰ ਮੇਂ ਕੋਈ ਔਰ ਪਲੱਸ ਵੀ ਹੋਣਾ ਚਾਹੀਏ?
कुछ ऐसा आपकी तरफ से डिमांड लगती हो कि गर्ल्स के लिए कुछ ऐसा हो रहा है, कुछ और होना चाहिए प्लस? ऑलरेडी सरकार बहुत ज़्यादा कर रही है, अगर लड़कियों को इन्हीं के बारे में थोड़ा ये अपने अपनी लाइफ में अवेयरनेस प्रोग्राम रखे और अवेयर हो जाए लड़कियाँ इसके लिए, तो वो भी काफ़ी लड़कियों में आजकल इतनी हिम्मत ही नहीं होती है कि वो जाके अपने लिए स्टैंड ले सके। अगर वो उनमें वो हिम्मत आ जाती है तो बस उसकी जरूरत किसी चीज़ की जरूरत नहीं है। बाकी सरकार काफ़ी कुछ कर रही है लड़कियों के लिए। थैंक यू मैम। नाम थे अपना, डेजिग्नेशन नाम? मेरा नाम मनिंदर पाल है जी। और सर ह्यूमन राइट्स से अपना डेजिग्नेशन? मैं प्रेसिडेंट है जी गुरदासपुर का जी, इंटरनेशनल ह्यूमन राइट्स प्रोटेक्शन ब्यूरो जी। तो ह्यूमन राइट्स आज गुरदासपुर प्रोग्राम है, उसके बारे खास दस्सो। अज असी प्रोग्राम उलीकिया इंडियन इंस्टीट्यूट ऑफ होटल मैनेजमेंट, जिहड़ा कि साडे देश का एक उग्गा संस्थान है होटल मैनेजमेंट दे विच, उत्थे असी बच्चों नूं जानकारी दित्ती कि साडे मनुखी अधिकार की ने। साडा अज दा विशा सी कि औरतों की सुरक्षा और औरतों के अधिकार। हाँ जी, उहदे बारे असी गल कीती। असी धन्नवादी हाँ सरदार मिस्टर सोहन लाल जी दे कि उन्होंने सानू ये मौका दिता कॉलेज दे विच कि असी बच्चों नाल रूबरू हो सके। और मनुखा जिथे औरतों की गल की जाए कि कितने उन्होंने कितना कितने कुछ वो कमियां पाई हैं, उस मुख कमी कोई दसो जी नज़र सामने आई? सब तो वड्डी कमी है लैक ऑफ अवेयरनैस जी। बच्चों नू साडियां बच्चियां नू लड़कियां नू जानकारी नहीं है कानून बारे जी, और उन्होंने ये नहीं पता लगता कि उन्होंने अपने अधिकार की हैं जी। साडा मुख मंतव यही सी कि बच्चों नू जानकारी दी जाए उन्होंने अधिकारों बारे, ताकि वह उगे तौर के उपर अपने हकों लड़ सके। कितना कितने सानू जी जागरूकती जी साढ़े कैंप नहीं लग रही जी, जी जागरूकता कैंप आ कितना कितने वो काफ़ी कमी पाई है बहुत ज़्यादा। ये वास्ते कुछ कहना चाहते खास कि जो पिंड कैंप लाए हैं जी? असी हर वक्त तैयार हैं जी, जो भी सानू कितने मौका मिले कोई संस्था सानू बुलावे असी उत्थे जानकारी शेयर करने लिए मनुखी अधिकार कमीशन एक वर्ल्ड की पावर यानी कि दसिया तो ये बारे जिस तरह की काफ़ी कुछ जरा कि हम पिंड खास करके जी लोगों भी ये बारे ज़्यादा नॉलेज नहीं हैगी, तो ये बारे कुछ पिंड कैंप अपने लग रहे जी? असी कोशिश की है जी कि साड़ी बटाला डिवीजन ने अमृतसर और बहुत सारे साडे उगे टीम के मैंबर ने बहुत पिंडां दे विच और बहुत थां थां जाके स्कूलों के कॉलेज जाके लोगों को जानकारी दी कि मनुखी अधिकार की हैं, तो असी किदां अपने हकों लड़ सकते। ठीक है, थैंक यू सर।